ਲਓ ਜੀ ਜੋ ਪਰਸ ਕਣਕ ਵੱਢ ਦੇ ਜੀ ਜਾਂ ਜ਼ਿਆਦਾ ਕਣਕ ਡਿੱਗੀ ਸੀਗੀ ਅਤੇ ਉਹ ਵਾਹਨ 'ਚ ਕੱਲ੍ਹ ਮਾਰ ਕੇ ਰੋਟਾ ਦੇ ਉੱਪਰ ਦੇ ਵਿੱਚ ਕੰਪਿਊਟਰ ਕਰਾਇਆ ਆਪਣਾ ਆਪਦੇ ਘਰ ਦੇ ਰੇਟ ਨਾਲ ਲਾਈ ਜਾਂਦੇ ਹਾਂ ਅੱਜ ਤੋਂ ਬਾਅਦ ਕੱਲ੍ਹ ਨੂੰ ਇਨਸ਼ਾਅੱਲਾ ਮੱਕੀ ਬੀਜੀ ਜਾਊਗੀ ਮੱਕੀ ਦਾ ਬੀਜ ਕੱਲ੍ਹ ਨੂੰ ਜਾ ਕੇ ਕੋਟ ਪਤਾ ਕਰ ਰਹੀ ਕਿਹੜਾ ਚੱਲੀ ਜ਼ਿਆਦਾ ਤਾਂ 13-13 ਜਿਹੜਾ 67 ਉਹ ਚੱਲੀ ਜਾਂਦਾ ਹੈਗਾ ਅਤੇ ਬਾਕੀ ਵਿਹਣੇ ਆ ਵੀ ਕਿਹੜਾ ਬੀਜਣਾ ਹੈਗਾ ਘਰ ਦੇ ਰਹਿਣ ਨਾਲ ਕਹਿੰਦੇ ਕੋਟ ਜਾ ਕੇ ਬੀਜ ਲੈਣ ਜਾਵਾਂਗੇ ਕੱਲ੍ਹ ਨੂੰ ਬੀਜ ਲਿਆ ਤੁਹਾਡਾ ਬਲੌਗ ਵਿੱਚ ਐਡ ਕਰਾਂਗੇ ਅਤੇ ਕੱਲ੍ਹ ਨੂੰ ਮੱਕੀ ਬੀਜਾਂਗੇ ਅਤੇ ਉਹਦੇ ਨਾਲ ਤੁਹਾਡੇ ਬਲੌਗ ਐਡ ਕਰਾਂਗੇ ਬਸ ਖਾਣ ਦੀ ਤਿਆਰੀ ਚੱਲੀ ਜਾਂਦੀ ਬਸ ਪਰਸੋਂ ਕਣਕ ਵੱਢੀ ਅਤੇ ਪਰਸੋਂ ਇਹ 'ਚ ਤੂੜੀ ਬਣ ਗਈ ਸੀਗੀ ਅਤੇ ਕੱਲ੍ਹ ਇਹ 'ਚ ਮਾਰ ਕੇ ਰੋਟਾ ਬੈਠੇ ਸਾਰੇ ਅਤੇ ਬਸ ਅੱਜ ਕਿਰਾਇਆ ਲੱਗੀ ਜਾਂਦਾ ਗਾ ਸਾਰੇ ਥੋੜ੍ਹੀ ਥੋੜ੍ਹੀ ਮਿੱਟੀ ਉੱਚੀ ਆ ਵਿੱਚੋਂ ਹੀ ਦਿਸੀ ਜਾਂਦਾ ਹੈਗਾ ਤੁਹਾਡਾ ਡਰਾਈਵਰ ਥੋੜ੍ਹਾ ਦਿਮਾਗੀ ਆ ਮਿੱਟੀ ਵਾਲਿਆ ਛੱਡੂਗਾ ਆ ਥੋੜ੍ਹੀ ਜਗ੍ਹਾ ਰਹੀ ਲੈ ਵਾਲੀ ਅਤੇ ਬਾਕੀ ਮਾਰਨਾ ਮੋਟਾ ਮੋਟਾ ਕਿਰਾਇਆ ਜੀ ਇੱਥੇ ਇੱਥੇ ਕਿਹੜਾ ਮੱਛੀਆਂ ਛੱਡਣੀਆਂ ਪੂਲ ਬਣਾ ਕੇ ਵੀ ਇੱਕ ਪਾਸੇ ਮੱਛੀਆਂ ਨੂੰ ਪਾਣੀ ਵੱਧ ਮਿਲ ਜੂਗਾ ਉਹ ਲੇਜ਼ਰ ਲੱਗਾ ਲੇਜ਼ਰ ਆਏ ਆ ਵੀ ਥੋੜ੍ਹਾ ਜਿਹਾ ਕੋਈ ਵੀ ਕਿਸਾਨ ਵੀਰ ਖੇਤ ਦੇ ਨੇੜੇ ਕੰਮ ਕਰ ਰਿਹਾ ਥੋੜ੍ਹਾ ਜਿਹਾ ਉਹਦੀ ਰੇਂਜ 'ਚ ਲਾਇਆ ਕਰੋ ਇਹ ਹੁਣ ਚੱਕਣ ਲੱਗੇ ਮਿੰਟ ਮਾਰਦੇ ਇੱਕ ਦੋ ਥਾਈ ਹੋਇਆ ਕਾਂਡ ਅਤੇ ਲੇਜ਼ਰ ਕਿਰਾਏ ਨਾ ਵੀ ਮਹਿੰਗਾ ਤੁਹਾਨੂੰ ਪਤਾ ਹੀ ਆ ਜਿਹੜੇ ਇਹ ਚੀਜ਼ ਨੂੰ ਵਰਦੇ ਉਹਨਾਂ ਨੂੰ ਪਤਾ ਹੈਗਾ ਬਾਕੀ ਠੀਕ ਠਾਕ ਸੁੱਖ ਸ਼ਾਂਤੀ ਬਾਬੇ ਦੀ ਬਗਲੇ ਵੀ ਆਏ ਵਾਰ ਬਗਲਿਆਂ ਨੂੰ ਮਿਲਣਾ ਕੁਛ ਨਹੀਂ ਕਿਉਂਕਿ ਸੁੰਡੀਆਂ ਦਾ ਪਹਿਲਾਂ ਪਾਣੀ ਰੋੜ ਕੇ ਲੈ ਗਿਆ ਪਾਣੀ ਇੱਧਰੋਂ ਉਹ ਉੱਧਰਲੇ ਖੇਤਾਂ ਲਾਉਂਦਾ ਅਤੇ ਉੱਧਰ ਟੁੱਡੀ ਵੱਲ ਨੂੰ ਜਾਂਦਾ ਜਦੋਂ ਵੀ ਜਾਂਦਾ ਸਾਰੀਆਂ ਸੁੰਡੀਆਂ ਮੇਰੇ ਵੀਰ ਉਹ ਟੁੱਡੀ ਮਿਲਣਾ ਚਲੋ ਉੱਥੇ ਸਪਾਈਡਾਂ ਕੋਲ ਉਹ ਵਾਟਰ ਵਰਕਸ ਕੋਲ ਪਈਆਂ ਸੁੰਡੀਆਂ ਸਾਰੀਆਂ ਵਾਹਨ 'ਚ 1 ਕਿੱਲੇ ਇਕੱਠੀਆਂ ਹੋਈਆਂ ਪਹਿਲਾਂ ਤਾਂ ਕਣਕ ਨੇ ਸੁੰਡੀਆਂ ਕੱਲ੍ਹ ਕੱਲ੍ਹ ਉਹ ਵੱਢਣ ਜਾਣੀਆਂ ਨਾਲੇ ਉਹ ਵੀ ਤੁਹਾਨੂੰ ਦਿਖਾਵਾਂਗੇ ਸੋਰੀ ਵੱਢਣ ਜਾਣੀਆਂ ਕਹੀ ਜਾਂਦਾ ਗਾ ਆਪੋ ਆਪਣੀ ਸੁੰਡੀਆਂ ਪਛਾਣ ਕੇ ਲੈਣ ਜਾਣੀਆਂ ਵਾਹਨ ਵਾਲੀਆਂ ਛੱਡਾਂਗੇ ਨਾ ਕਿਉਂਕਿ ਮਿੱਤਰ ਕੀੜੇ ਆ ਮੁੰਡੋਏ ਕਢਾਈ ਵਗੈਰਾ ਸਾਰਾ ਕੁਝ ਲਿਆ ਕੇ ਛੱਡਾਂਗੇ ਅਤੇ ਹੁਣ ਡਰਾਈਵਰ ਵਾਸਤੇ ਲੈ ਕੇ ਆਏ ਸੀਗੇ ਪਾਣੀ ਕੋਕ ਵਗੈਰਾ ਸਭ ਕੁਛ ਅਤੇ ਖਾਣ ਨੂੰ ਮੰਗਦਾ ਹੀ ਖਾਣ ਨੂੰ ਕੁਛ ਹੁੰਦਾ ਤਾਂ ਫੁੱਲਾਂ ਹੀ ਆਪਦੇ ਵਾਸਤੇ ਲਿਆਏ ਉਹੀ ਬਾਅਦ ਤੁਹਾਨੂੰ ਖਾਂਦੇ ਦਿਖਾਵਾਂਗੇ ਅਤੇ ਉਹਨਾਂ ਨੂੰ ਪਾਣੀ ਪੂਣੀ ਪਿਆਉਣੇ ਆ ਹੋ ਸਕਦਾ ਦੂਜਾ ਬੰਦਾ ਸਾਡਾ ਸਾਧ ਹੋਵੇ ਉਹਨੂੰ ਤਾਂ ਚੜ੍ਹ ਕੇ ਹੋ ਸਕਦਾ ਨਹੀਂ ਹੈ ਨਹੀਂ ਲੱਛਣ ਅਜੇ ਕਹਿੰਦਾ ਮੈਂ ਥੱਕਿਆ ਮੈਂ ਉਹਨਾਂ ਨੂੰ ਕੈਨਲੇ ਦਾ ਪਾਣੀ ਪਿਉਣੇ ਮੈਂ ਇਹ ਕਹਿੰਦੇ ਬਸਲੀਰੀ ਦਾ ਲੈਣਾ ਬਸਲੀਰੀ ਤਾਂ ਮਿਲਣੀ ਪਰ ਕੈਨਲੇ ਲਿਆ ਤਾ ਉਦੋਂ ਵੀ ਉੱਤੇ ਹੈਗਾ ਅਤੇ ਫਿਰ ਉਹਨੂੰ ਕੋਕਾ ਪਿਆ ਕੇ ਅਤੇ ਛੱਡਾਂਗੇ ਫਿੱਟ ਕਰਕੇ ਓਕੇ ਦੀ ਗੱਲਬਾਤ ਆ ਰੇ ਸੀਗੀ ਜੀ 46 ਕਿਲੋ ਅਤੇ ਬੰਦੇ ਆਏ 1, 2, 3, 4, 5 ਅਤੇ 6ਵਾਂ ਮੈਂ ਅਤੇ 7ਵਾਂ ਸਾਡਾ ਪ੍ਰਧਾਨ 7 ਬੰਦੇ ਹੈਗੇ ਭਰਾ ਵੀਰੇ ਕਿੰਨਾ ਥਾਂ ਆ 1.5 ਕਿਲੋ 1.5 ਕਿਲੋ ਹੀ ਪਾ ਦਿੰਦੀ ਕਿੰਨੀ ਆ ਭਰਾਈ 1.5 ਬੋਰੀ ਸਹੀ ਆ ਸੈੱਟ ਕੇ ਰੇ ਅਤੇ ਫਿਰ ਮਾਰ ਕੇ ਹਲਾਤ ਤੋਂ ਤੜਕੇ ਨੂੰ ਮੱਕੀ ਤੁਹਾਨੂੰ RR13 ਬੀਜੀ ਮਿਲੂਗੀ ਮੇਰੇ ਵੀਰੋ ਕਨਫਰਮ ਕਰਤੀ ਮੱਕੀ RR13 ਲਾਉਣੀ ਆ ਪਹਿਲਾਂ ਉੱਤੇ ਬਹਿੰਦਾ ਗਾ ਥੋੜ੍ਹੀ ਗੌਰ ਦੇ ਲਓਗੇ ਕੋਈ ਨਹੀਂ ਕਰਦੇ ਟੂਰ ਚੈਟ ਕਰਦੇ ਅੱਗੇ ਬਹਿ ਗਿਆ ਮਾਲਕ ਆਪ ਪਿੰਡ ਤੇ ਦੱਸੂਗਾ ਲਓ ਜੀ ਜਿਹੜਾ ਆਪਾਂ ਚੌਥੇ ਕਣਕ ਵੱਢ ਕੇ ਵਾਹਨ ਤਿਆਰ ਕੀਤਾ ਸੀਗਾ ਅਤੇ ਉਹ ਤੁਹਾਨੂੰ ਦੱਸਿਆ ਸੀਗਾ ਬਲੌਗ ਪਿਛਲੇ 'ਚ ਵੀ ਮੱਕੀ ਬੀਜਣੀ ਆ ਅਤੇ ਮੱਕੀ ਦੀ ਕਰਤੀ ਆ ਤਿਆਰੀ ਸ਼ੁਰੂ ਅਤੇ ਇਹ ਮਸ਼ੀਨ ਆਪਾਂ ਢੁੱਡੀਓਂ ਲਿਆਉਂਦੀ ਆ ਆਪਣੇ ਲਾਗਲਾ ਪਿੰਡ ਢੁੱਡੀ ਆ ਮਸ਼ੀਨ ਅਤੇ 963 ਸਵਰਾਜ 963 ਸਵਰਾਜ ਇਹ ਰੈਂਟ 'ਤੇ ਦੋਵੇਂ ਲਓ ਜੀ ਬਾਬਾ ਜੀ ਵੀ ਪਹੁੰਚ ਗਏ ਕਹਿੰਦੇ ਪ੍ਰਧਾਨ ਸਾਹਿਬ ਤੋਂ ਚਾਬੀ ਲੈ ਕੇ ਜਾਣੀ ਆ ਗੱਦਿਆਂ ਵਾਲੇ ਰੂਮ ਦੀ ਕੋਈ ਸੰਗਤ ਗੱਦੇ ਲੈਣਾ ਹੀ ਹੋਊਗੀ ਅਤੇ ਆਹ ਮੁੰਡੇ ਨਾਲ ਆਪਣੇ ਢੁੱਡੀਓਂ ਵਾਲੇ ਟਰੈਕਟਰ 'ਤੇ ਆਪਣਾ ਖੜਾ ਜਹਾਜ ਇੱਧਰ ਥੋੜ੍ਹੀ ਵਿਚਾਰ ਚੱਲਦੀ ਹੈ ਬਾਬਾ ਜੀ ਦੀ ਸਾਡੇ ਪ੍ਰਧਾਨ ਨਾਲ ਮੁੰਡੇ ਟਰੈਕਟਰ ਦੇ ਨਾਲ ਹੀ ਹੈ ਢੁੱਡੀਆਂ 'ਤੇ ਲਓ ਵੀ ਮੱਕੀ ਹੋ ਗਈ ਆ ਕੰਪਲੀਟ ਅਤੇ ਗੁੱਠਾਂ ਗੱਠਾਂ 'ਚ ਮੁੰਡੇ ਮਾੜਾ ਮੋਟਾ ਜਿਹੜਾ ਰਹਿੰਦਾ ਰਿਗਾਰਡਮੈਂਟ ਬੀਬ ਪਾਉਣ ਵਾਲਾ ਪਾਈ ਜਾਂਦੇ ਆ ਬੀ ਵੀ ਤੁਹਾਨੂੰ ਦਿਖਾਉਣੇ ਬਹੁਤ ਵਧੀਆ RR13 ਮਿਲਿਆ ਮੱਕੀ ਦਾ ਦਿਖਾ ਬਿੱਲੂ ਬੀ ਓਏ ਲਓ ਜੀ ਕਰੋ ਚੈੱਕ ਵੀ ਬਹੁਤ ਵਧੀਆ ਝਾੜ ਆ ਮੱਕੀ ਦਾ
आप ब्लॉक बाद जोड़िया शामा पानी छड़ता उपर उपर मक्की बीजी गई तो नाल ना थां काफ़ी स्पेस बची आ वेने अगे कि खरबूजे ज कोई कद्दू वगैरह की तरतीब आप भी ला सकते यानी कि नवी टेक्नोलॉजी आ वधिया विच थां बचदा दूरी फसल नूं फसल का सब्जी कह लो तो थां छड़दी आ गई जे बंदे ने मान लो दूरा फायदा लेना एक वाहन चो उस थां चो तो पानी बस लगी जांदा गा सलाब देने वास्ते पानी ज़्यादा नहीं चढ़ा के लाया बस खाली सलाब ही देनी एक बार भी माड़ा जिहा फुट्टे।